ਹਾਂਜੀ ਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਹੈ ਮੇਰਾ ਪਿਛਲੀ ਵੀਡੀਓ ਚਾੜੀ ਤੁਹਾਂ ਬੜੀ ਪ੍ਰਸ਼ੰਸਾ ਕੀਤੀ ਤੇ 50 ਕਟਿਆਂ ਫਾਰਮਿੰਗ ਦੀ ਅੱਜ ਤੁਹਾਡੇ ਨਾਲ ਫੇਰ ਅਸੀਂ ਹਾਜ਼ਰ ਹਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਚੈਨਲ ਲਾਈਕ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡਾ ਹੌਸਲਾ ਵਧਾਈ ਹੋਏ ਇਹਨਾਂ ਨਾਲ مزید ਵੀਡੀਓ ਆਈਂਦੀਆਂ ਵੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰ ਦਿਓ ਲੋਈ ਦੋ ਤੁਸੀਂ ਵੇਖ ਸਕਦੇ ਹੋ ਇਹਨਾਂ ਬਸ ਵਾੜਾ ਬਣਾਇਆ ਸਵੇਰੇ ਦਾ ਟਾਈਮ ਹੈ 6 ਵਜੇ ਦਾ ਕਟੇ ਹਮੋਸ਼ੀਨਾ ਬੈਠੇ ਹਨ ਰਾਤੀ ਕੋਈ ਸ਼ਡਿਊਲ ਰਹੇ ਆ ਹੁਰਾਕ ਦਾ ਦੋ ਟਾਈਮ ਦਿਨੇ ਰਾਤ ਟਾਈਮ ਗਰਮੀ ਹੁੰਦੀ ਅੰਦਰ ਵਾਰਿਆਂ ਦੇ ਅੰਦਰ ਤੇ ਇਹਨਾਂ ਨੂੰ ਬਾਹਰ ਕੱਢ ਲਿਆ ਵਰਾਂਡਿਆਂ ਨੂੰ ਬਾਹਰ ਤੇ ਹੋਂਸਾ ਇਹ ਗਾਤ ਬਾਹਰ ਰਹੇ ਨੇ ਤੇ ਸਵੇਰ ਟਾਈਮ ਉਹਨਾਂ ਕੋਈ 1 ਘੰਟੇ ਬਾਅਦ ਮਲਾਜ਼ਮ ਆਏ ਆ ਰਾਤ ਸਾਫ ਕਰ ਲੇ ਤੇ ਉਹਦੇ ਬਾਦ ਨੂੰ ਇਹਨਾਂ ਨੂੰ ਅੰਦਰ ਵਾਰਣ ਅਵੇ ਸੋਦੇ ਆ ਬਾੜਾ ਤਾਂ ਜ਼ਰੂਰੀ ਏ ਗਰਮੀਆਂ ਅਛਾਸ ਕਰਕੇ ਅੰਦਰ ਹੋ ਜਾਂਦੀ ਆ ਬਸ ਇਨੇ ਜਾਨਵਰ ਹੋਣ ਨਾ ਇੱਕ ਵਾਰ ਆਂਡੇ ਦੇ ਅੰਦਰ ਤੂੰ ਸਮਝਾ ਕਰਦੇ ਹਾਲੀ ਬਿਲਕੁਲ ਤਾਂ ਕਿਤੇ ਆ ਇੱਕ ਟਿਪ ਸਮਝ ਲੋ ਜ਼ਰੂਰੀ ਗੱਲ ਏ ਗਰਮੀ ਨਾਲ ਜਾਨਵਰ ਬਿਮਾਰ ਵੀ ਹੋ ਜਾਂਦਾ ਨਾਲੇ ਹੁਸ਼ ਨਹੀਂ ਰਹਿੰਦਾ ਹੌਣ ਰਾਤ ਸਾਰੀ ਬਾਹਰ ਨਾਲ ਨਾਲ ਹੁਸ਼ ਰਹਿੰਦੇ ਨਾਲੇ ਕੋਈ ਪੱਖੇ ਦਾ ਨਾਲੇ ਲੋ ਕੋਸਟ ਕੰਮ ਤੇ ਹੌਣ ਹੁਰਾਕ ਵੀ ਨਾ ਜਾਂ ਅੰਦਰ ਡਬਲ ਖਾ ਲੈਣੀ ਇੱਕ ਜਾਨਵਰ ਤੂੰ ਗੈਪ ਹੋ ਜਾਂਦਾ ਹੁਰਾਕ ਦਾ ਅਦੋਂ ਚੈੱਕ ਕਰ ਸਕਦੇ ਕਿ ਇਹ ਮਸ਼ੀਨਾਂ ਬੈਠੇ ਤੇ 50 ਕੱਟ ਸਾਡੇ ਹੁਣ ਤਿਆਰ ਹੈ ਮਾਸ਼ਾ ਅੱਲਾਹ ਮਾ ਤੁਸੀਂ ਚੈੱਕ ਕਰ ਸਕਦੇ ਤੇ ਅਸਾਂ ਹੁਣ ਫਲਾਗ ਨੰਗਾਣਾ ਤੇ ਤੁਹਾਡਾ ਫਿਰ ਰਾਤ ਦਾ ਸ਼ਾਮ ਦਾ ਕਰਾਂਗੇ ਤੇ ਮਜ਼ੀਦ ਹੈ ਕਿ ਇਹਨਾਂ ਨੂੰ ਨਾ ਸੈਲਜ ਦੇ ਨਾਲ ਪਾ ਰਹੇ ਆ ਤੂੜੀ ਤੇ ਸਾਡੀ ਐਵਰੇਜ ਬੜੀ ਬਿਹਤਰੀਨ ਆ ਰਹੀ ਹੈ ਦਿਨ ਤੱਕ ਤਕਰੀਬਨ 3 ਪਾ ਕਿਲੋ ਗੋਸ਼ ਵਧ ਰਿਹਾ ਤੇ ਕਿਸੇ ਭਾਈ ਇਸ ਦੇ ਮਤਲਬ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਸਾਡਾ ਰਾਬਤਾ ਸ਼ਾਬਦਾ ਕਰ ਸਕਦਾ ਕੋਈ ਗੱਲ ਨਹੀਂ ਆਈਂਦੀ ਕੋਈ ਉਹਨਾਂ مشورہ ਲੈਣਾ ਹੋਵੇ ਕਿਸੇ ਕਿਸਮ ਦਾ ਵੀ ਕੋਈ ਗੱਲ ਨਹੀਂ ਤੇ ਵੱਡੀ ਗੱਲ ਹੈ ਸਾ ਜਿਹੜੇ 50 ਵੱਛੇ ਕੱਟੇ ਪਾਏ ਨੇ ਅੱਜ ਵੱਛੇ ਵੀ ਪਾਏ ਨੇ ਤਾਨੂੰ ਚੈੱਕ ਕਰਾਨੇ ਆ ਹਾਂ ਬੱਚੇ ਵੀ ਰੱਖੇ ਨੇ ਅਸੀਂ ਤੁਹਾਨੂੰ ਚੈੱਕ ਕਰਾਂਗੇ ਸਾਡੇ ਚੈਨਲ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਉਹਦੀ ਚਾੜਾਂਗੇ ਉਹਦੇ ਮਤਲਬ ਕੋ ਤੁਹਾਨੂੰ ਫੁੱਲ ਦੱਸਾਂਗੇ ਕੀ ਹਿਸਾਬ ਹੈ ਕਿੰਜ ਸਾਂ ਲੈ ਕਿੰਜ ਹਰੀਦੇ ਕਿੰਜ ਵੇਚੇ ਤੇ ਬਾਕੀ ਤੁਸੀਂ ਚੈੱਕ ਕਰਦੇ ਥੱਲੇ ਬਾੜਾ ਕੱਚਾ ਰਹੇ ਹੈ ਕੱਚੇ ਤੇਰਾ ਜਾਨਵਰ ਹੋਸ਼ ਰਹਿੰਦਾ ਬਾਕੀ ਉਹ ਸਾਹਮਣੇ ਸਾਰਾ ਫਰਸ਼ ਹੈ ਤੇ ਦਰਵਾਜ਼ੇ ਦਾ ਖਾਸ ਕਰਕੇ ਦਰਵਾਜ਼ੇ ਇੰਪੋਰਟੈਂਟ ਬਣਵਾਏ ਨੇ ਜ਼ਰਾ ਚੈੱਕ ਕਰੋ ਦਰਵਾਜ਼ੇ ਸਪੈਸ਼ਲ ਬਣਵਾਏ ਨੇ ਲਾਕ ਵਾਲੇ ਯਾ ਤੁਸੀਂ ਚੈੱਕ ਕਰ ਦੋ ਦਰਵਾਜ਼ੇ ਮੇਂ ਸ਼ਾਨਦਾਰ ਸੈੱਟ ਹੋਏ ਜਾਂ ਜਾਨਵਰ ਅਗਰ ਜ਼ੋਰ ਸ਼ੋਰ ਵੀ ਲਾਏ ਦਰਵਾਜ਼ੇ ਰਵਾਟੇ ਛੁੱਟੇ ਛੁੱਟੇ ਨਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾੜੇ ਤੇ ਖਰਚਾ ਮੇਰਾ ਤਕਰੀਬਨ ਆ ਗਿਆ ਸੀ 12 ਗਾਰਡਰ ਲੱਗੇ ਇਹਦੇ ਚ ਤੇ ਗਾਰਡਰ ਇੱਕ ਮੈਨੂੰ 3300 ਦਾ ਪਿਆ ਸੀ ਤੇ ਉੱਤੇ ਖਰਚਾ-ਖਰਚਾ ਪੈਪ ਹੋ ਗਿਆ ਤੇ ਇਹ ਬਣਵਾ ਕੇ ਮਿਸਤਰੀ ਲੇਬਰ ਸ਼ੇਪਰ ਕਾਸਟ ਲਾ ਕੇ ਤਕਰੀਬਨ ਤਕਰੀਬਨ ਕੋਈ 60 ਤੋਂ 70 ਹਜ਼ਾਰ ਖਰਚਾ ਸੀ ਟੋਟਲ ਦਿਵਾਰਾ ਬਿਹਤਰੀਨ ਬਣ ਗਿਆ ਨਾਲੇ ਪਾਇਦਾਰ ਬਣ ਗਿਆ ਲੋਈ ਦੋਸਤੋ ਚੈੱਕ ਕਰ ਸਕਦੇ ਹੋ ਫਿਰ ਤੁਸੀਂ ਚੈੱਕ ਕਰ ਲੋ ਤੇ ਇਹਨਾਂ ਛੱਤ ਦੇ ਉੱਤੇ ਲਪਾਈ ਦਾ ਮਹਤਰੀਨ ਤਰੀਕਾ ਹੈ ਵੇ ਕਿ ਛੱਤ ਠੰਡਾ ਰਹਿਣ ਵਾਸਤੇ ਅਸਾਂ ਇਹ ਤੁਸੀਂ ਚੈੱਕ ਕਰੋ ਤਾਂ ਸ਼ਾਇਦ ਚੈੱਕ ਕਰਾਂ ਨੇ ਗੋਆ ਮਿੱਟੀ ਤੇ ਤੂੜੀ ਐ ਮਿਕਸ ਕਰਕੇ ਤੁਸਾਂ ਸਟੀਏ ਲਪਾਈ ਕਰਾਈਏ ਲੇਬਰ ਕੋਲੋਂ ਛੱਤਾਂ ਦੇ ਛੱਤ ਇੱਕ ਤੇ ਇਹਦੇ ਨਾਲ ਰਹਿੰਦੇ ਨੇ ਠੰਡੇ ਦੂਸਰੀ ਗੱਲ ਹੈ ਛੱਤਾਂ ਦੇ ਕੋਈ ਬੂਟੀ ਛੂਟੀ ਜਾਂਦੀ ਖਤਮ ਹੋ ਜਾਂਦੀ ਉਕਈ ਤੇ ਨਾਲੇ ਗਾਰੇ ਨਾਲੋਂ ਮਜ਼ਬੂਤੀ ਹੋਈ ਨਹੀਂ ਜ਼ਿਆਦਾ ਸਰਦੀਆਂ ਹੀ ਗਰਮ ਹੋ ਜਾਂਦੇ ਨੇ ਤੇ ਦਰਵਾਜ਼ਾ ਤੁਸੀਂ ਚੈੱਕ ਕਰ ਸਕਦੇ ਹੋ ਐਸਾਈਡਵਨ ਨਾਲ ਸਲੇਬ ਲਾਈ ਇੱਕ ਤੇ ਦੂਸਰੀ ਸਾਈਡ ਵੀ ਸਲੇਬ ਲੱਗੀ ਥਲੇ ਲਾਕ ਲੱਗੇ ਆ ਇਹ ਦਰਵਾਜ਼ਾ ਐਂਦੀ ਲੱਗਨੇ ਚਾਹੀਦੇ ਨੇ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਨਾਲ ਹੀ ਸੈਲਜ ਰੱਖਿਆ ਤੇ ਤਾਨੂੰ مزید ਚੈੱਕ ਕਰਾਣੇ ਆ ਕੱਟੇ ਅਸਾਂ ਖਰੀਦ ਕੀਤੀ ਸੀ ਅਫਸਾਬਾ ਠੱਠੇਗੜਾ ਮੰਡੀ ਤੋਂ ਕੁਝ ਗੁਜਰਾਤ ਮੰਡੀ ਤੋਂ ਕੁਝ ਮਲਤਾਨ ਮੰਡੀ ਤੋਂ ਤੇ ਖਰੀਦ ਕਰਨੀ ਜਾਦੀ ਹੈ ਅੱਛਾ ਕਾਰੋਬਾਰ ਹੈ ਤੇ ਉਮੀਦ ਹੈ ਇਨਸ਼ਾ ਅੱਲਾਹ ਕਿ ਸਾਨੂੰ ਹੀ ਪ੍ਰੋਫਿਟ ਅੱਛੀ ਹੋਵੇਗੀ ਅਸੀਂ ਤੁਹਾਡੇ ਨਾਲ ਸਾਨੂੰ ਤੁਹਾਨੂੰ ਨਾਲ-ਨਾਲ ਦੱਸਾਂਗੇ ਚੈਨਲ ਸਾਨੂੰ ਸਾਰਾ ਲਾਈਕ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਔਰ ਕੋਈ ਨਹੀਂ ਸਾਡੀਆਂ ਵੀਡੀਓ ਜੀ ਵੇਖਣਾ ਕਰੋ ਬੇਸ਼ੱਕ ਵੇਖੇ ਤੁਹਾਡੀ ਆਪਣੀ ਮਰਜ਼ੀ ਚੈਨਲ ਤੇ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਤੇ ਬਾਕੀ ਇਹ ਨਾਲੀ ਦਾ ਨਿਜ਼ਾਮ ਤੁਹਾਨੂੰ ਚੈੱਕ ਕਰਾਣੇ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਪਾਣੀ ਦੀ ਨਕਾਸੀ بس ਰਹੇ ਅੰਦਰ ਗੋਬਰ ਜੋ ਪਿਸ਼ਾਬ ਸ਼ੂਬ ਦੇ ਤੇ ਇਸ ਦਾਰ ਇਹ ਖੁਰਲੀ ਦੇ ਨਾਲ ਹੀ ਬਿਲਕੁਲ ਇਸ ਦਾਰ ਨਾਲੀ ਇੱਕ ਹੋਰ ਬਣੀ ਤੇ ਉਹ ਕੰਦ ਸਾਹਮਣੇ ਇੱਕ ਤੁਸੀਂ ਚੈੱਕ ਕਰ ਸਕਦੇ ਖੁਰਲੀ ਤੇ ਪਾਣੀ ਹਲੋ ਦਾ ਸਾਹਮਣੇ ਇੱਕ ਇੰਪੋਰਟੈਂਟ ਗੱਲ ਹੈ ਦੋਸਤੋ ਇਹ ਵੇ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਸੁਰਾਖ ਨੇ ਤੁਸੀਂ ਇਹਦੇ ਹੋਵੇ ਕੀ ਚੀਜ਼ ਹੈ ਇਹ ਦੋਸਤੋ ਬੜੀ ਇੰਪੋਰਟੈਂਟ ਚੀਜ਼ ਹੈ ਇਹ ਹਵਾ ਨੂੰ ਅਮਨ ਜਾਣ ਕਰਾਸ ਕਰਾਂਦੀ ਤੁਸੀਂ ਤੱਕਿਆ ਹਣਾ ਅਕਸਰ ਵਾਲੇ ਬਣਾਏ ਤੇ ਹਵਾ ਨਹੀਂ ਉਹ ਦੂਸਰਾ ਕੋਪਨ ਹੁੰਦਾ ਉਹਦਾ ਨੁਕਸਾਨ ਇੱਕ ਹੋਰ ਹੈ ਤੋਪ ਛੋਪਦਾ ਇਹ ਬਿਹਤਰੀਨ ਚੀਜ਼ ਹੈ ਉਸ ਦਾ ਸੁਰਾਰ ਰਹਾਇ ਨਾ ਤੇ ਕੋਈ ਨਾ ਕੋਈ ਮਸਲਾ ਨਹੀਂ ਇਹਨਾਂ ਦੇ ਜਾਨਵਰ ਵੀ ਖੁਸ਼ ਰਹਿੰਦਾ ਅੰਦਰ ਕਿਸੇ ਭਾਈ ਨੇ ਕੋਈ ਜਾਨਵਰ ਚਾਹੇ ਮੈਂ ਖਰੀਦ ਕਰਨੇ ਹੋਣ ਵੇਚਣੇ ਹੋਣ ਸਾਡਾ ਰਾਤ ਸੱਬ ਤੱਕ ਕਰ ਸਕਦਾ ਅਸੀਂ ਮੌਕੇ ਤੇ ਹਾਜ਼ਰ ਉਸ ਜਾਨਵਰ ਦਾ ਮੁੱਲ ਲਾਂਗੇ ਹੋਈ ਠੀਕ ਹੈ ਫਿਰ ਦੋਸਤੋ ਅੱਲਾ ਫਤ ਤੇ ਇਨਸ਼ਾਅੱਲਾ ਅਗਲੀ ਵੀਡੀਓ ਤੁਹਾਨੂੰ ਬੱਚਿਆਂ ਦਾ ਟਾਈਮ ਬਹਾਨਣਾ ਹੈ ਬੱਚਿਆਂ ਦੀ ਵੀਡੀਓ ਫਾਰਮਿੰਗ ਤੁਹਾਨੂੰ ਬਹਾਨਣਾ ਹੈ ਫਿਰ ਉਹਦਾ ਤੁਹਾਨੂੰ ਦੱਸਣਾ ਸਾਨੂੰ ਕੀ ਬਚਿਆ ਕੀ ਖੋਇਆ ਠੀਕ ਹੈ ਦੋਸਤੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ